ਇਸ ਵਕਤ ਦੀ ਵੱਡੀ ਖਬਰ ਭਾਰਤ ਦੇ ਸਾਬਕਾ ਕ੍ਰਿਕਟਰ ਅਤੇ ਮੌਜੂਦਾ ਸੰਸਦ ਗੌਤਮ ਗੰਭੀਰ ਨੂੰ ਲੈ ਕੇ ਸਾਹਮਣੇ ਆ ਰਹੀ ਹੈ, ਜਿੱਥੇ ਕਿ ਉਹਨਾਂ ਨੇ ਹੁਣ 24 ਦੇ ਸਿਆਸੀ ਦੰਗਲ ਦੇ ਵਿੱਚ ਉਤਰਨ ਤੋਂ ਇਨਕਾਰ ਕਰ ਦਿੱਤਾ ਹੈ। ਦੱਸ ਦਈਏ ਕਿ JP ਨੱਡਾ ਨੂੰ ਜੋ ਪਾਰਟੀ ਪ੍ਰਧਾਨ ਨੇ ਭਾਜਪਾ ਦੇ ਉਹਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਿਆਸੀ ਜ਼ਿੰਮੇਵਾਰੀਆਂ ਤੋਂ ਮੁਕਤ ਹੋਣਾ ਚਾਹੁੰਦੇ ਨੇ। ਉਹਨਾਂ ਨੇ ਕਿਹਾ ਕਿ ਉਹ ਸਿਰਫ ਕ੍ਰਿਕਟ ਦੀ ਕਮਿਟਮੈਂਟ ਦੇ ਉੱਤੇ ਉਹ ਕੰਮ ਕਰਨਾ ਚਾਹੁੰਦੇ ਨੇ ਅਤੇ ਕ੍ਰਿਕਟ ਦੇ ਉੱਤੇ ਹੀ ਉਹ ਫੋਕਸ ਕਰਨਾ ਚਾਹੁੰਦੇ ਨੇ। ਦੱਸ ਦਈਏ ਕਿ 2019 ਦੀ ਲੋਕ ਸਭਾ ਇਲੈਕਸ਼ਨ ਦੇ ਵਿੱਚ ਗੌਤਮ ਗੰਭੀਰ ਨੂੰ ਭਾਜਪਾ ਦੇ ਵੱਲੋਂ ਦਿੱਲੀ ਈਸਟ ਦੀ ਸੀਟ ਤੋਂ ਉਤਾਰਿਆ ਗਿਆ ਸੀ ਅਤੇ ਗੌਤਮ ਗੰਭੀਰ ਨੇ ਦਿੱਲੀ ਈਸਟ ਸੀਟ ਜਿੱਤ ਕੇ ਭਾਜਪਾ ਦੇ ਖਾਤੇ ਦੇ ਵਿੱਚ ਪਾਈ ਸੀ। ਤਾਂ ਦੱਸ ਦਈਏ ਕਿ ਹੁਣ ਮੌਜੂਦਾ ਸੰਸਦ ਨੇ ਦਿੱਲੀ ਈਸਟ ਤੋਂ ਭਾਰਤ ਦੇ ਸਾਬਕਾ ਕ੍ਰਿਕਟਰ ਗੌਤਮ ਗੰਭੀਰ ਅਤੇ ਹੁਣ ਉਹਨਾਂ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਜੋ ਭਾਜਪਾ ਦੇ ਪ੍ਰਧਾਨ ਨੇ JP ਨੱਡਾ ਉਹਨਾਂ ਨੂੰ ਅਪੀਲ ਕੀਤੀ ਹੈ ਕਿ ਉਹ 24 ਦੇ ਸਿਆਸੀ ਦੰਗਲ ਦੇ ਵਿੱਚ ਨਹੀਂ ਉਤਰਨਗੇ ਅਤੇ ਉਹਨਾਂ ਨੇ ਕਿਹਾ ਕਿ ਉਹ ਸਿਰਫ ਔਰ ਸਿਰਫ ਕ੍ਰਿਕਟ ਦੇ ਉੱਤੇ ਹੀ ਫੋਕਸ ਕਰਨਾ ਚਾਹੁੰਦੇ ਨੇ, ਸਿਆਸੀ ਜ਼ਿੰਮੇਵਾਰੀਆਂ ਤੋਂ ਉਹ ਮੁਕਤ ਹੋਣਾ ਚਾਹੁੰਦੇ ਨੇ। ਤਾਂ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ ਗੌਤਮ ਗੰਭੀਰ ਦੇ ਨਾਲ ਸੰਬੰਧੀ ਸਾਹਮਣੇ ਆ ਰਹੀ ਹੈ, ਜਿਨ੍ਹਾਂ ਨੇ ਹੁਣ 24 ਦੇ ਸਿਆਸੀ ਦੰਗਲ ਦੇ ਵਿੱਚ ਉਤਰਨ ਤੋਂ ਸਾਫ ਮਨਾ ਕਰ ਦਿੱਤਾ, ਇਨਕਾਰ ਕਰ ਦਿੱਤਾ। ਉਹਨਾਂ ਨੇ ਆਪਣੀ ਮਜਬੂਰੀ ਦੱਸੀ ਹੈ ਕਿ ਉਹ ਸਿਆਸੀ ਜ਼ਿੰਮੇਵਾਰੀਆਂ ਤੋਂ ਹੁਣ ਮੁਕਤ ਹੋਣਾ ਚਾਹੁੰਦੇ ਨੇ ਅਤੇ ਇਸ ਦੇ ਨਾਲ ਹੀ ਜੋ ਉਹਨਾਂ ਦਾ ਧਿਆਨ ਹੈ ਉਹ ਸਿਰਫ ਔਰ ਸਿਰਫ ਕ੍ਰਿਕਟ ਦੇ ਉੱਤੇ ਹੀ ਫੋਕਸ ਕਰਨਾ ਚਾਹੁੰਦੇ ਨੇ। ਤਾਂ ਦੱਸ ਦਈਏ ਕਿ ਦਿੱਲੀ ਈਸਟ ਤੋਂ ਮੌਜੂਦਾ ਲੋਕ ਸਭਾ ਦੇ ਮੈਂਬਰ ਨੇ ਗੌਤਮ ਗੰਭੀਰ ਅਤੇ ਹੁਣ ਉਹਨਾਂ ਦੇ ਵੱਲੋਂ ਪਾਰਟੀ ਦੇ ਪ੍ਰਧਾਨ JP ਨੱਡਾ ਨੂੰ ਟਵਿੱਟਰ ਦੇ ਜ਼ਰੀਏ ਇਹ ਸੰਦੇਸ਼ ਭੇਜਿਆ, ਜਿਸ ਦੇ ਵਿੱਚ ਉਹਨਾਂ ਨੇ ਆਪਣੇ ਆਪ ਨੂੰ ਸਿਆਸਤ ਤੋਂ ਪਰਾ ਕਰਨ ਦੀ ਪੇਸ਼ਕਸ਼ ਕੀਤੀ ਹੈ। ਤਾਂ ਦੱਸ ਦਈਏ ਕਿ ਗੌਤਮ ਗੰਭੀਰ ਹੁਣ 24 ਦੇ ਸਿਆਸੀ ਦੰਗਲ ਦੇ ਵਿੱਚ ਨਹੀਂ ਉਤਰਨਗੇ। ਇਸ ਵਕਤ ਦੀ ਵੱਡੀ ਖਬਰ ਭਾਰਤ ਦੇ ਸਾਬਕਾ ਕ੍ਰਿਕਟਰ ਅਤੇ ਮੌਜੂਦਾ ਸੰਸਦ ਗੌਤਮ ਗੰਭੀਰ ਨੂੰ ਲੈ ਕੇ ਸਾਹਮਣੇ ਆ ਰਹੀ ਹੈ, ਜਿੱਥੇ ਕਿ ਉਹਨਾਂ ਨੇ ਹੁਣ 24 ਦੇ ਸਿਆਸੀ ਦੰਗਲ ਦੇ ਵਿੱਚ ਉਤਰਨ ਤੋਂ ਇਨਕਾਰ ਕਰ ਦਿੱਤਾ ਹੈ। ਦੱਸ ਦਈਏ ਕਿ JP ਨੱਡਾ ਨੂੰ ਜੋ ਪਾਰਟੀ ਪ੍ਰਧਾਨ ਨੇ ਭਾਜਪਾ ਦੇ ਉਹਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਿਆਸੀ ਜ਼ਿੰਮੇਵਾਰੀਆਂ ਤੋਂ ਮੁਕਤ ਹੋਣਾ ਚਾਹੁੰਦੇ ਨੇ। ਉਹਨਾਂ ਨੇ ਕਿਹਾ ਕਿ ਉਹ ਸਿਰਫ ਕ੍ਰਿਕਟ ਦੀ ਕਮਿਟਮੈਂਟ ਦੇ ਉੱਤੇ ਉਹ ਕੰਮ ਕਰਨਾ ਚਾਹੁੰਦੇ ਨੇ ਅਤੇ ਕ੍ਰਿਕਟ ਦੇ ਉੱਤੇ ਹੀ ਉਹ ਫੋਕਸ ਕਰਨਾ ਚਾਹੁੰਦੇ ਨੇ। ਦੱਸ ਦਈਏ ਕਿ 2019 ਦੀ ਲੋਕ ਸਭਾ ਇਲੈਕਸ਼ਨ ਦੇ ਵਿੱਚ ਗੌਤਮ ਗੰਭੀਰ ਨੂੰ ਭਾਜਪਾ ਦੇ ਵੱਲੋਂ ਦਿੱਲੀ ਈਸਟ ਦੀ ਸੀਟ ਤੋਂ ਉਤਾਰਿਆ ਗਿਆ ਸੀ ਅਤੇ ਗੌਤਮ ਗੰਭੀਰ ਨੇ ਦਿੱਲੀ ਈਸਟ ਸੀਟ ਜਿੱਤ ਕੇ ਭਾਜਪਾ ਦੇ ਖਾਤੇ ਦੇ ਵਿੱਚ ਪਾਈ ਸੀ। ਤਾਂ ਦੱਸ ਦਈਏ ਕਿ ਹੁਣ ਮੌਜੂਦਾ ਸੰਸਦ ਨੇ ਦਿੱਲੀ ਈਸਟ ਤੋਂ ਭਾਰਤ ਦੇ ਸਾਬਕਾ ਕ੍ਰਿਕਟਰ ਗੌਤਮ ਗੰਭੀਰ ਅਤੇ ਹੁਣ ਉਹਨਾਂ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਜੋ ਭਾਜਪਾ ਦੇ ਪ੍ਰਧਾਨ ਨੇ JP ਨੱਡਾ ਉਹਨਾਂ ਨੂੰ ਅਪੀਲ ਕੀਤੀ ਹੈ ਕਿ ਉਹ 24 ਦੇ ਸਿਆਸੀ ਦੰਗਲ ਦੇ ਵਿੱਚ ਨਹੀਂ ਉਤਰਨਗੇ ਅਤੇ ਉਹਨਾਂ ਨੇ ਕਿਹਾ ਕਿ ਉਹ ਸਿਰਫ ਔਰ ਸਿਰਫ ਕ੍ਰਿਕਟ ਦੇ ਉੱਤੇ ਹੀ ਫੋਕਸ ਕਰਨਾ ਚਾਹੁੰਦੇ ਨੇ, ਸਿਆਸੀ ਜ਼ਿੰਮੇਵਾਰੀਆਂ ਤੋਂ ਉਹ ਮੁਕਤ ਹੋਣਾ ਚਾਹੁੰਦੇ ਨੇ। ਤਾਂ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ ਗੌਤਮ ਗੰਭੀਰ ਦੇ ਨਾਲ ਸੰਬੰਧੀ ਸਾਹਮਣੇ ਆ ਰਹੀ ਹੈ, ਜਿਨ੍ਹਾਂ ਨੇ ਹੁਣ 24 ਦੇ ਸਿਆਸੀ ਦੰਗਲ ਦੇ ਵਿੱਚ ਉਤਰਨ ਤੋਂ ਸਾਫ ਮਨਾ ਕਰ ਦਿੱਤਾ, ਇਨਕਾਰ ਕਰ ਦਿੱਤਾ। ਉਹਨਾਂ ਨੇ ਆਪਣੀ ਮਜਬੂਰੀ ਦੱਸੀ ਹੈ ਕਿ ਉਹ ਸਿਆਸੀ ਜ਼ਿੰਮੇਵਾਰੀਆਂ ਤੋਂ ਹੁਣ ਮੁਕਤ ਹੋਣਾ ਚਾਹੁੰਦੇ ਨੇ ਅਤੇ ਇਸ ਦੇ ਨਾਲ ਹੀ ਜੋ ਉਹਨਾਂ ਦਾ ਧਿਆਨ ਹੈ ਉਹ ਸਿਰਫ ਔਰ ਸਿਰਫ ਕ੍ਰਿਕਟ ਦੇ ਉੱਤੇ ਹੀ ਫੋਕਸ ਕਰਨਾ ਚਾਹੁੰਦੇ ਨੇ। ਤਾਂ ਦੱਸ ਦਈਏ ਕਿ ਦਿੱਲੀ ਈਸਟ ਤੋਂ ਮੌਜੂਦਾ ਲੋਕ ਸਭਾ ਦੇ ਮੈਂਬਰ ਨੇ ਗੌਤਮ ਗੰਭੀਰ ਅਤੇ ਹੁਣ ਉਹਨਾਂ ਦੇ ਵੱਲੋਂ ਪਾਰਟੀ ਦੇ ਪ੍ਰਧਾਨ JP ਨੱਡਾ ਨੂੰ ਟਵਿੱਟਰ ਦੇ ਜ਼ਰੀਏ ਇਹ ਸੰਦੇਸ਼ ਭੇਜਿਆ, ਜਿਸ ਦੇ ਵਿੱਚ ਉਹਨਾਂ ਨੇ ਆਪਣੇ ਆਪ ਨੂੰ ਸਿਆਸਤ ਤੋਂ ਪਰਾ ਕਰਨ ਦੀ ਪੇਸ਼ਕਸ਼ ਕੀਤੀ ਹੈ। ਤਾਂ ਦੱਸ ਦਈਏ ਕਿ ਗੌਤਮ ਗੰਭੀਰ ਹੁਣ 24 ਦੇ ਸਿਆਸੀ ਦੰਗਲ ਦੇ ਵਿੱਚ ਨਹੀਂ ਉਤਰਨਗੇ।